ਬਿਨ ਮੇਲਾ ਬਿਨ ਵਿਰਸੇ ਸਾਡਾ ਸੱਭਿਆਚਾਰ ਤੇ ਸਾਡੀ ਜਿੰਦੜੀ ਕੱਲੀ ਹੈ, ਲੱਗਾ ਹੈ ਮੇਲਾ, ਆ ਜਾ ਜਿੰਦੜੀਏ ਮੇਲੇ ਨੂੰ ਚੱਲੀਏ। ਪੰਜਾਬ ਦਾ ਵਿਰਸਾ, ਪੰਜਾਬ ਦੀ ਬਹੁਤ ਵੱਡੀ ਲੈਗਸੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਅੱਜ ਇੱਥੇ ਅੰਤਰ ਯੂਨੀਵਰਸਿਟੀ ਮੇਲਾ ਹੋ ਰਿਹਾ। ਵੱਖ ਵੱਖ ਸਟੇਜਾਂ ਤੇ ਵੱਖ ਵੱਖ ਫਨਕਾਰ, ਪਰਮਾਤਮਾ ਨੇ ਜਿਨ੍ਹਾਂ ਨੂੰ ਫਨ ਬਖਸ਼ਿਆ, ਉਹ ਆਪਣੀ ਪਰਫਾਰਮੈਂਸ ਦੇ ਰਹੇ ਸਟੂਡੈਂਟ। ਮੈਂ ਖੁਦ ਇਹਨਾਂ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਹਾਂ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਉਂਦਾ ਸੀਗਾ ਤਾਂ ਅਸੀਂ ਕਰਮਜੀਤ, ਅਸੀਂ ਕਵਿਤਾ ਉਚਾਰਨ ਮੁਕਾਬਲੇ, ਲੋਕ ਗੀਤ, ਅਸੀਂ ਬਹੁਤ ਸਾਰੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੁੰਦੇ ਸੀ। ਖਾਸ ਤੌਰ 'ਤੇ ਸਾਨੂੰ ਪੰਜਾਬੀਆਂ ਨੂੰ ਮਾਣ ਮਹਿਸੂਸ ਇਹ ਗੱਲ ਦਾ ਹੁੰਦਾ ਕਿ ਸਾਡੇ ਆਪਣੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ, ਉਹ ਵੀ ਇਹਨਾਂ ਯੂਥ ਫੈਸਟੀਵਲਸ ਦੇ ਹੀ ਇੱਕ ਪਾਰਟ ਸਨ। ਬਹੁਤ ਸਾਰੇ ਕਲਾਕਾਰ ਇੱਥੇ ਪਰਫੋਰਮ ਕਰਕੇ ਗਏ ਆ। ਕੋਈ ਫਸਟ ਆਊਗਾ, ਕੋਈ ਸੈਕਿੰਡ ਆਊਗਾ, ਕੋਈ ਕੌਂਸਲੇਸ਼ਨ ਪ੍ਰਾਈਜ਼ ਲੈ ਕੇ ਜਾਊਗਾ, ਕਿਸੇ ਨੂੰ ਇੰਡੀਵਿਜੁਅਲ ਪ੍ਰਾਈਜ਼ ਮਿਲੂਗਾ। ਇੱਥੇ ਆ ਕੇ ਪਰਫੋਰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਜੀ। ਉਹਨਾਂ ਨੇ ਕੋਈ ਲੁੱਡੀ ਅੱਜ ਨਹੀਂ ਪਾਈ, ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਲਈਆਂ ਹੋਣਗੀਆਂ, ਕਿੰਨੀਆਂ ਰਿਹਰਸਲਾਂ ਕੀਤੀਆਂ ਹੋਣਗੀਆਂ, ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ, ਫਿਰ ਜਾ ਕੇ ਅੱਜ ਪਰਫਾਰਮੈਂਸ ਹੋਈ ਹੈ। ਯੂਥ ਬੈਠਾ ਮੇਰੇ ਮੂਹਰੇ, ਕੀ ਪਤਾ ਕਿਹਨੂੰ ਇੱਕ ਬੰਦੇ ਨੂੰ ਵੀ ਕੋਈ ਗੱਲ ਸਮਝ ਆ ਗਈ, ਉਹਦੀ ਜ਼ਿੰਦਗੀ 'ਚ ਬਦਲਾਅ ਆ ਗਿਆ। ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ, 101 ਖੰਡ ਪਾਠਾ ਜਿੰਨਾ ਪੁੰਨ ਲੱਗ ਗਿਆ, ਫਿਰ ਸਮਝ। ਵੀ ਜੇ ਸਾਡੇ ਵਰਗੇ ਇਸ ਲੈਵਲ 'ਤੇ ਪਹੁੰਚ ਸਕਦੇ ਨੇ, ਤੁਸੀਂ ਕਿਉਂ ਨਹੀਂ ਪਹੁੰਚ ਸਕਦੇ?